ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਕੇਵਲ ਸਿੰਘ ਹੈ ਜੀ, ਪਿੰਡ ਮੇਰਾ ਹੇਰਾਂ, ਪਰ ਮੈਂ ਪਿਛਲੇ ਲੰਬੇ ਸਮੇਂ ਤੋਂ ਕੈਨੇਡਾ ਟਰਾਂਟੋ ਰਹਿੰਦਾ। 40 ਸਾਲ ਤੋਂ ਉੱਪਰ ਦਾ ਸਮਾਂ ਹੋ ਗਿਆ, ਅਤੇ ਅਸੀਂ ਹਰ ਸਾਲ ਦੀ ਤਰ੍ਹਾਂ ਜੋ ਸਾਡਾ ਇਸ ਸਾਲ ਦਾ ਸਾਲਾਨਾ ਕੈਂਪ ਹੈ ਉਹ ਮਾਰਚ 6 ਨੂੰ ਪਿੰਡ ਹੇਰਾਂ ਦਸ਼ਮੇਸ਼ ਚੈਰੀਟੇਬਲ ਹੋਸਪਿਟਲ ਦੇ ਵਿੱਚ ਲੱਗ ਰਿਹਾ। ਅਸੀਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਕਿ ਤੁਸੀਂ ਵੱਧ ਤੋਂ ਵੱਧ ਉੱਥੇ ਪਹੁੰਚੋ, ਅਤੇ ਜੋ ਆਈ ਐਂਡ ਲੇਜ਼ਰ ਸਪੈਸ਼ਲਿਸਟ ਜੀ, ਸੁਪਰ ਸਪੈਸ਼ਲਿਸਟ ਜੀ ਡਾਕਟਰ ਰਮੇਸ਼ ਉਹਨਾਂ ਦਾ ਹੋਸਪਿਟਲ ਹੈ, ਇਹਨਾਂ ਨਾਲ ਸਾਡੀ ਬਹੁਤ ਲੰਬੇ ਸਮੇਂ ਤੋਂ ਪਰਿਵਾਰਕ ਸਾਂਝ ਹੈ। ਅਤੇ ਮੈਂ ਹਮੇਸ਼ਾ ਹੀ ਇਹਨਾਂ ਦੇ ਬਾਰੇ ਕੁਝ ਕੁ ਸ਼ਬਦ ਹਮੇਸ਼ਾ ਆਖਦਾ ਕਿ ਇਹ ਮੇਰੇ ਲਈ ਇੱਕ ਰੱਬ ਦਾ ਰੂਪ ਹਨ। ਬਹੁਤ ਨੇੜਿਓਂ ਹੋ ਕੇ ਮੈਂ ਇਹਨਾਂ ਨੂੰ ਵੇਖਿਆ ਹੈ, ਇਹ ਜੋ ਕੁਝ ਕਹਿੰਦੇ ਹਨ ਉਸ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਦੇ ਹਨ। ਤਕਰੀਬਨ ਅਸੀਂ 10-15 ਸਾਲ ਤੋਂ ਇਕੱਠੇ ਕੰਮ ਕਰਦੇ ਹਾਂ, ਸਾਡੇ ਹੋਸਪਿਟਲ 'ਚ ਕੈਂਪ ਲਾਉਂਦੇ ਹਨ ਅਤੇ ਅਸੀਂ ਇੱਥੇ ਵੀ ਮਿਲਦੇ, ਉੱਥੇ ਵੀ ਜਾ ਕੇ ਆਏ ਹਨ ਸਾਡੇ ਕੋਲ। ਸੋ ਮੈਨੂੰ ਇੰਨਾ ਵਿਸ਼ਵਾਸ ਹੈ ਕਿ ਅੱਜ ਤੱਕ ਅਕਾਲ ਪੁਰਖ ਦੀ ਬਖਸ਼ ਸਦਕਾ ਜਿੰਨੇ ਇਹਨਾਂ ਨੇ ਸਾਡੇ ਥਰੂ ਓਪਰੇਸ਼ਨ ਕੀਤੇ, ਸਾਡੇ ਹੋਸਪਿਟਲ ਤੋਂ ਲਿਆ ਕੇ ਸਾਰੇ ਸਕਸੈਸਫੁਲ ਹੋਏ ਹਨ। ਅਤੇ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਕਿ ਤੁਸੀਂ 6 ਮਾਰਚ ਨੂੰ ਸਵੇਰੇ 10 ਵਜੇ ਦਸ਼ਮੇਸ਼ ਚੈਰੀਟੇਬਲ ਹੋਸਪਿਟਲ ਹੇਰਾਂ ਵਿਖੇ ਪਹੁੰਚੋ ਅਤੇ ਇਹਨਾਂ ਦੀਆਂ ਸੇਵਾਵਾਂ ਦਾ ਫਾਇਦਾ ਉਠਾਓ। ਅਸੀਂ ਤੁਹਾਨੂੰ ਵਿਸ਼ਵਾਸ ਦਿਉਂਦੇ ਹਾਂ ਕਿ ਇਸੇ ਤਰ੍ਹਾਂ ਆਉਣ ਵਾਲੇ ਸਮੇਂ ਵਿੱਚ ਡਾਕਟਰ ਸਾਹਿਬ ਉਹਨਾਂ ਦੀ ਹੈਲਪ ਦੇ ਨਾਲ, ਇਹਨਾਂ ਦੀ ਟੀਮ ਦੇ ਨਾਲ ਰਲ ਕੇ ਆਪਾਂ ਆਉਣ ਵਾਲੇ ਸਮੇਂ ਵਿੱਚ ਜੋ ਪੇਂਡੂ ਭਲਾਈ ਦੇ ਕੁਝ ਕੰਮ ਕਰ ਸਕੀਏ। ਅਤੇ ਇਹਨਾਂ ਦਾ ਇਹ ਬਹੁਤ ਵੱਡਾ ਮਿਸ਼ਨ ਹੈ, ਇਹਨਾਂ ਦੇ ਅੰਦਰ ਇੱਕ ਦਰਦ ਹੈ ਜੋ ਕਿ ਇਹ ਸਾਰਿਆਂ ਨਾਲ ਸਾਂਝਾ ਕਰਨਾ ਚਾਹੁੰਦੇ ਹੈ ਕਿ ਜੋ ਬੱਚੇ ਹਨ ਨੇਤਰਹੀਨ, ਉਹਨਾਂ ਲਈ ਵੀ ਇਹ ਬਹੁਤ ਕੰਮ ਕਰਦੇ ਆ ਕਿ ਮੈਂ ਬਹੁਤ ਵੇਖਿਆ ਇਹਨਾਂ ਦੀਆਂ, ਮੈਂ ਵੀਡੀਓਜ਼ ਵੀ ਮੈਨੂੰ ਭੇਜਦੇ ਰਹਿੰਦੇ ਆ। ਅਸੀਂ ਬਾਹਰ ਇੱਕ ਟੀਮ ਆ ਸਾਡੀ ਜੋ ਅਸੀਂ ਇਹਨਾਂ ਨੂੰ ਮਿਲ ਕੇ ਕੰਮ ਕਰਦੇ ਹਾਂ। ਸੋ ਪਲੀਜ਼ ਅੱਜ ਦੇ ਸਮੇਂ, ਅੱਜ ਦੇ ਟਾਈਮ ਮੈਂ ਇਹ ਤੁਹਾਨੂੰ ਬੇਨਤੀ ਕਰਦਾ ਕਿ ਤੁਸੀਂ ਹੇਰਾਂ ਕੈਂਪ 'ਤੇ ਆ ਕੇ ਇਹਨਾਂ ਦੀਆਂ ਸੇਵਾਵਾਂ ਦਾ ਫਾਇਦਾ ਉਠਾਓ। ਅਤੇ ਹੁਣ ਮੈਂ ਬੇਨਤੀ ਕਰਾਂਗਾ ਆਪਣੀ ਧਰਮ ਪਤਨੀ ਬੀਬੀ ਗੁਰਮੀਤ ਕੌਰ ਜੋ ਮੇਰੇ ਨਾਲ ਹੀ ਆਏ ਹਨ, ਉਹ ਵੀ ਤੁਹਾਨੂੰ ਇਸ ਕੈਂਪ ਬਾਰੇ ਕੁਝ ਕੁ ਚਾਨਣਾ ਪਾਉਣਗੇ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਆਈ ਵੁੱਡ ਆਸਕ ਆਲ ਆਫ ਯੂ ਟੂ ਕਮ ਐਂਡ ਜੁਆਇਨ ਅਸ ਐਟ ਹੇਰਾਂ ਵਿਲੇਜ ਹੇਰਾਂ ਦਸ਼ਮੇਸ਼ ਚੈਰੀਟੇਬਲ ਹੋਸਪਿਟਲ ਔਨ ਮਾਰਚ 6 10 to 2 PM। ਵੀ ਆਰ ਗੋਇੰਗ ਟੂ ਹੈਵ ਏ ਕੈਂਪ ਦੇਅਰ। ਆਈ ਹੋਪ ਯੂ ਵਿਲ ਕਮ ਐਂਡ ਜੁਆਇਨ ਅਸ ਐਂਡ ਹੈਵ ਬੈਨੀਫਿਟ ਫਰੋਮ ਡਾਕਟਰ ਰਮੇਸ਼ ਹੋਸਪਿਟਲ। ਥੈਂਕ ਯੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਗੁਰਮੀਤ ਕੌਰ ਹੇਰਾਂ, ਸਾਡਾ ਪਿੰਡ ਹੇਰਾਂ ਹੈ, ਔਰ ਮੇਰੇ ਹਸਬੈਂਡ ਕੇਵਲ ਸਿੰਘ ਜੀ ਨੇ ਤੁਹਾਨੂੰ ਸਾਰੀ ਇਨਫੋਰਮੇਸ਼ਨ ਦਿੱਤੀ ਹੈ, ਅਤੇ ਮੈਨੂੰ ਵੀ 2 ਸ਼ਬਦ ਬੋਲਣ ਲਈ ਕਿਹਾ ਗਿਆ ਹੈ। ਅਸੀਂ ਬਹੁਤ ਰਿਣੀ ਹਾਂ ਡਾਕਟਰ ਰਮੇਸ਼ ਹਨ ਭੈਣ ਜੀਆਂ ਦੇ, ਡਾਕਟਰ ਸਾਹਿਬ ਦੇ, ਜੋ ਕਿ ਬੜੇ ਹੀ ਉੱਦਮ ਨਾਲ ਇੱਕ ਭਲਾਈ ਦਾ ਕੰਮ ਕਰ ਰਹੇ ਨੇ, ਨਿਸ਼ਕਾਮ ਸੇਵਾ ਕਰ ਰਹੇ ਨੇ। ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ। ਔਰ ਸਾਨੂੰ ਤਕਰੀਬਨ 15 ਸਾਲ ਹੋ ਗਏ ਇਹਨਾਂ ਦੇ ਨਾਲ ਸੇਵਾਵਾਂ ਦਾ ਕਰਦਿਆਂ, ਸੇਵਾ ਕਰਦਿਆਂ। ਅਸੀਂ ਸਾਡੇ ਬੱਚਿਆਂ ਨੇ, ਐਕਚੁਲੀ ਸਾਡੀ ਬੇਟੀ ਉਹ ਡਾਕਟਰ ਹੈ, ਉਹ ਵੀ ਆਪਣੀ ਟੀਮ ਨੂੰ ਆਪਣੇ ਅੰਮ੍ਰਿਤਸਰ ਤੋਂ ਉਹਨਾਂ ਨੇ ਕੀਤਾ ਹੈਗਾ ਮੈਡੀਕਲ, ਉਹ ਵੀ ਆਪਣੇ ਸਾਥੀਆਂ ਨੂੰ ਲੈ ਕੇ ਇੱਥੇ ਆਉਂਦੇ ਸੀ, ਸੇਵਾ ਲਈ ਹਾਜ਼ਰ ਹੁੰਦੇ ਸੀਗੇ। ਅਤੇ ਸੋ ਉਸ ਟਾਈਮ ਤੋਂ ਲੈ ਕੇ ਹੁਣ ਤੱਕ ਵਾਹਿਗੁਰੂ ਨੇ ਸਾਨੂੰ ਹਿੰਮਤ ਬਖਸ਼ੀ ਹੈ ਇਸ ਸੇਵਾ ਦੀ, ਅਤੇ ਆਉਣ ਵਾਲੇ ਸਮੇਂ ਵਿੱਚ ਵੀ ਅਸੀਂ ਉਮੀਦ ਕਰਦੇ ਹਾਂ, ਵਾਹਿਗੁਰੂ ਦਾ ਸ਼ੁਕਰਾਨਾ ਕਰਦੇ ਹਾਂ ਕਿ ਸਾਨੂੰ ਇਸੇ ਤਰ੍ਹਾਂ ਸੇਵਾ ਦੇ ਸੁਭਾਗੇ ਸਮੇਂ ਬਖਸ਼ਿਸ਼ ਕਰਦੇ ਰਹਿਣ, ਤਾਂ ਕਿ ਗਰੀਬਾਂ ਦੀਆਂ, ਦੁਖੀਆਂ ਦੀਆਂ ਅਸੀਂ ਸੇਵਾਵਾਂ ਕਰਕੇ ਅਸੀਸਾਂ ਪ੍ਰਾਪਤ ਕਰੀਏ, ਅਤੇ ਸਾਡੇ ਬੱਚੇ ਵੀ ਅਤੇ ਉਹਨਾਂ ਦੇ ਪਰਿਵਾਰ ਵੀ ਇਸ ਸੰਸਥਾ ਨਾਲ ਜੁੜੇ ਰਹਿਣ, ਅਤੇ ਉਹ ਵੀ ਸੇਵਾ ਕਰਨ। ਇੰਨਾ ਕੀ ਬੋਲਿਆ ਪ੍ਰਵਾਨ ਕਰਨਾ, ਗਲਤੀ ਭੁੱਲਾਂ ਬੇਅਦਬੀਆਂ ਦੀ ਸਾਖੀ ਮੁਆਫ਼ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਹਾਨੂੰ ਮੇਰੀ ਧਰਮ ਪਤਨੀ ਮਾਈ ਵਾਈਫ ਮਿਸਿਸ ਗੁਰਮੀਤ ਹੈਰਨ ਹੈਜ਼ ਆਲਰੇਡੀ ਟੋਲਡ, ਐਂਡ ਆਈ ਅਗੇਨ ਰਿਕੁਐਸਟ ਆਲ ਆਫ ਯੂ ਟੂ ਕਮ ਐਂਡ ਜੁਆਇਨ ਅਸ ਐਂਡ ਹੈਵ ਬੈਨੀਫਿਟ ਫਰੋਮ ਡਾਕਟਰ ਮਿਸ਼ ਹੋਸਪਿਟਲ ਐਂਡ ਹਿਸ ਸਰਵਿਸਿਸ। ਹੀ ਇਜ਼ ਟੂ ਗੁੱਡ ਟੂ ਆਲ ਆਫ ਅਸ, ਇਜ਼ ਡੂਇੰਗ ਸੋ ਮੈਨੀ ਥਿੰਗਸ ਫਾਰ ਦ ਕਮਿਊਨਿਟੀ। ਆਈ ਹੋਪ ਯੂ ਵਿਲ ਕਮ ਐਂਡ ਜੁਆਇਨ ਅਸ ਐਟ ਵਿਲੇਜ ਹੇਰਾਂ ਐਟ ਦਸ਼ਮੇਸ਼ ਚੈਰੀਟੇਬਲ ਹੋਸਪਿਟਲ ਔਨ ਮਾਰਚ 6। ਟਾਈਮ ਇਜ਼ 10 to 2 PM। ਆਈ ਹੋਪ ਯੂ ਵਿਲ ਕਮ ਐਂਡ ਜੁਆਇਨ ਅਸ, ਥੈਂਕ ਯੂ ਵੈਰੀ ਮੱਚ। ਮੈਂ ਨਾਲ ਹੀ ਫਿਰ ਬੇਨਤੀ ਕਰਦਾ ਕਿ ਇਹ ਇੱਕ ਸੁਭਾਗਾ ਸਮਾਂ ਸਾਨੂੰ ਅਕਾਲ ਪੁਰਖ ਨੇ ਦਿੱਤਾ ਕਿ ਡਾਕਟਰ ਰਮੇਸ਼ ਉਹਨਾਂ ਦੀ ਸਹਾਇਤਾ ਦੇ ਨਾਲ ਅਸੀਂ ਬੜੇ ਲੰਬੇ ਸਮੇਂ ਤੋਂ ਜੁੜ ਕੇ ਇਹ ਸੇਵਾਵਾਂ ਲੈ ਰਹੇ ਹਾਂ। ਅਤੇ ਅਸੀਂ ਤੁਹਾਡੇ ਚਰਨ 'ਚ ਅਰਦਾਸ ਕਰਦੇ ਹਾਂ ਕਿ ਤੁਸੀਂ ਸਾਡੇ ਪਰਿਵਾਰ ਲਈ ਅਰਦਾਸ ਅਤੇ ਦੁਆ ਜ਼ਰੂਰ ਕਰਿਓ ਕਿ ਅਸੀਂ
ਇਸੇ ਤਰ੍ਹਾਂ ਆਉਣ ਵਾਲੇ ਸਮੇਂ ਵਿੱਚ ਵੀ ਕੁਝ ਨਾ ਕੁਝ ਕਰਕੇ ਤੁਹਾਡੀਆਂ ਅਸੀਸਾਂ ਲੈਂਦੇ ਰਹੀਏ ਅਤੇ ਗੁਰੂ ਸਾਹਿਬ ਦਾ ਸਾਡੇ ਸਿਰ 'ਤੇ ਹੱਥ ਰਹੇ, ਸਾਡੇ ਬੱਚੇ ਵੀ ਇਸ ਤਰ੍ਹਾਂ ਆ ਕੇ ਇਸ ਕੈਂਪ ਨਾਲ ਜੁੜ ਕੇ ਡਾਕਟਰ ਸਾਹਿਬ ਉਹਨਾਂ ਦੀਆਂ ਸੇਵਾਵਾਂ ਲੈ ਕੇ ਕੁਝ ਨਾ ਕੁਝ ਆਪਣੀ ਕਮਿਊਨਿਟੀ ਲਈ ਕਰ ਸਕੀਏ। ਤੁਹਾਡਾ ਮੈਨੂੰ ਸੁਣਨ ਲਈ ਅਤੇ ਬਹੁਤ ਬਹੁਤ ਅਸੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸੀਂ ਸਾਰੇ ਤੁਹਾਨੂੰ ਫਿਰ ਬੇਨਤੀ ਕਰਦੇ ਹਾਂ ਕਿ ਮਾਰਚ 6 ਨੂੰ ਦਸ਼ਮੇਸ਼ ਚੈਰੀਟੇਬਲ ਹੋਸਪਿਟਲ ਪਿੰਡ ਹੇਰਾਂ ਵਿਖੇ ਪਹੁੰਚ ਕੇ ਡਾਕਟਰ ਸਾਹਿਬ ਉਹਨਾਂ ਦੀਆਂ ਸੇਵਾਵਾਂ ਦਾ ਤੁਸੀਂ ਫਾਇਦਾ ਉਠਾਓ। ਜਿਸ ਨੂੰ ਵੀ ਲੋੜ ਹੈ ਐਂਕਾਂ ਦੀ ਜਾਂ ਦਵਾਈਆਂ ਦੀ ਜਾਂ ਲੈਂਸ ਪਾਉਣ ਦੀ, ਹਰ ਤਰ੍ਹਾਂ ਨਾਲ ਇਹ ਜੋ ਹੋਸਪਿਟਲ ਹੈ ਤੁਹਾਨੂੰ ਸਾਰੀਆਂ ਸੇਵਾਵਾਂ ਪ੍ਰਦਾਨ ਕਰਨਗੇ, ਹਮੇਸ਼ਾ ਹੀ ਕਰਦੇ ਆ ਰਹੇ ਹਨ। ਅਤੇ ਅਸੀਂ ਤੁਹਾਨੂੰ ਇਸ ਗੱਲ ਦਾ ਵਾਅਦਾ ਕਰਦੇ ਹਾਂ ਕਿ ਇਹਨਾਂ ਦੇ ਵਾਹਿਗੁਰੂ ਵੱਲੋਂ ਜੋ ਅੱਜ ਤੱਕ ਸਰਜਰੀ ਹੋਈ ਹੈ 15 ਸਾਲ ਤੋਂ ਮੈਂ ਇਹਨਾਂ ਦੇ ਨਾਲ ਹਾਂ, ਬਹੁਤ ਸਕਸੈਸਫੁੱਲ ਆ। ਪਲੀਜ਼ ਕਮ ਐਂਡ ਜੁਆਇਨ ਅਸ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਡਾਕਟਰ ਰਮੇਸ਼ ਸੁਪਰ ਸਪੈਸ਼ਲਿਟੀ ਹੈਲਥ ਸੈਂਟਰ ਭਾਈ ਰਣਧੀਰ ਸਿੰਘ ਲੁਧਿਆਣਾ ਤੋਂ ਆਪ ਸਭ ਨੂੰ ਇਹ ਵਿਸ਼ੇਸ਼ ਜਾਣਕਾਰੀ ਦੇਣਾ ਚਾਹੁੰਦਾ ਕਿ ਸਾਡਾ ਅਗਲਾ ਕੈਂਪ ਜਿਹੜਾ ਹੈ ਤੁਹਾਡੇ ਇਲਾਕੇ ਦੇ ਵਿੱਚ ਲੱਗ ਰਿਹਾ, ਜਿਹਦੇ ਵਿੱਚ ਸਾਡੇ ਡਾਕਟਰ ਸਾਹਿਬਾਨਾਂ ਵੱਲੋਂ ਚੈੱਕਅਪ ਕੀਤਾ ਜਾਏਗਾ, ਮੁਫਤ ਦਵਾਈਆਂ ਦਿੱਤੀਆਂ ਜਾਣਗੀਆਂ, ਲੋੜਵੰਦ ਇਨਸਾਨ ਜਿਹਨਾਂ ਨੂੰ ਓਪਰੇਸ਼ਨ ਦੀ ਲੋੜ ਹੋਏਗੀ ਉਹਨਾਂ ਦੀ ਸਕਰੀਨਿੰਗ ਕੀਤੀ ਜਾਏਗੀ, ਅਤੇ ਉਹ ਓਪਰੇਸ਼ਨ ਜਿਹੜੇ ਹੈਗੇ ਨੇ ਸਾਡੇ ਡਾਕਟਰ ਰਮੇਸ਼ ਸੁਪਰ ਸਪੈਸ਼ਲਿਟੀ ਆਈ ਡੀ ਸੈਂਟਰ ਭਾਈ ਰਣਧੀਰ ਸਿੰਘ ਲੁਧਿਆਣਾ ਵਿਖੇ ਕੀਤੇ ਜਾਣਗੇ। ਉਸ ਤੋਂ ਬਾਅਦ ਦਾ ਚੈੱਕਅਪ ਜਿਹੜਾ ਹੈ ਉਹ ਤੁਹਾਡੇ ਇਲਾਕੇ ਵਿੱਚ ਹੀ ਕੀਤਾ ਜਾਏਗਾ। ਸੋ ਆਓ ਅਸੀਂ ਇਹ ਸੁਨੇਹਾ ਘਰ ਘਰ ਤੱਕ ਪਹੁੰਚਾ ਕੇ ਆਪਾਂ ਵੀ ਪੁੰਨ ਦੇ ਅਧਿਕਾਰੀ ਬਣੀਏ। ਅਤੇ ਨਾਲ ਮੈਂ ਇਹ ਵੀ ਦੱਸਣਾ ਚਾਹਾਂਗਾ ਸਾਡੇ ਡਾਕਟਰ ਰਮੇਸ਼ ਸੁਪਰ ਸਪੈਸ਼ਲਿਟੀ ਆਈ ਡੀ ਸੈਂਟਰ ਲੁਧਿਆਣਾ ਵਿਖੇ ਸਾਡੇ ਸੈਂਟਰ ਜਿਹੜਾ ਹੈਗਾ ਚਸ਼ਮਾ ਉਤਾਰਨ ਵਾਲੇ ਆਪਰੇਸ਼ਨ ਨੂੰ ਲੇਸਿਕ ਸਰਜਰੀ ਕਹਿੰਦੇ ਹਾਂ, ਤੁਹਾਡਾ ਬਹੁਤ ਵਧੀਆ ਸਾਡਾ ਸੈਂਟਰ ਹੈਗਾ ਹੈ, ਕਾਫੀ ਲੰਬੇ ਟਾਈਮ ਤੋਂ ਆਪਾਂ ਚਸ਼ਮੇ ਦਾ ਕਰਦੇ ਆ ਰਹੇ ਹਾਂ। ਦੂਜੇ ਨੰਬਰ 'ਤੇ ਸਾਡੇ ਸੈਂਟਰ ਦੇ ਵਿੱਚ ਬਿਨਾਂ ਟਾਂਕੇ ਤੋਂ ਚਿੱਟੇ ਮੋਤੀ ਦੇ ਆਪਰੇਸ਼ਨ ਕੀਤੇ ਜਾਂਦੇ ਹਨ, ਜਿਹਦੇ ਵਾਸਤੇ ਬਹੁਤ ਐਡਵਾਂਸ ਸਾਡੇ ਕੋਲ ਇਕੁਇਪਮੈਂਟ ਅਤੇ ਮਸ਼ੀਨਾਂ ਹੈਗੀਆਂ ਨੇ। ਤੀਸਰਾ ਸਾਡਾ ਕਾਲਾ ਮੋਤੀ ਵਾਲੇ ਪੇਸ਼ੈਂਟਸ ਹੈਗੇ ਨੇ, ਜਿਹਨਾਂ ਦੇ ਵਿੱਚ ਸਾਡੇ ਕੋਲ ਐਡਵਾਂਸ ਮਸ਼ੀਨਸ ਹੈਗੇ ਨੇ, ਜਿਹਦੇ ਵਿੱਚ ਆਪਾਂ ਇਹ ਚੈੱਕਅਪ ਕੀਤਾ ਜਾਂਦਾ ਹੈ ਅਤੇ ਪ੍ਰੋਪਰ ਕੌਂਸਲਿੰਗ ਕੀਤੀ ਜਾਂਦੀ ਹੈ ਅਤੇ ਉਹਨਾਂ ਟ੍ਰੀਟਮੈਂਟਸ ਹੁੰਦੀਆਂ ਨੇ। ਜਿਹੜੇ ਸ਼ੂਗਰ ਵਾਲੇ ਪੇਸ਼ੈਂਟਸ ਹੈਗੇ ਆ ਉਹਨਾਂ ਦੇ ਅੱਜ ਕੱਲ੍ਹ ਪਰਦੇ ਖਰਾਬ ਹੋ ਰਹੇ ਨੇ, ਉਹ ਸਾਡੇ ਬਹੁਤ ਐਡਵਾਂਸ ਸਾਡਾ ਸੈਂਟਰ ਹੈ, ਸਾਡੇ ਡਾਕਟਰ ਸਾਹਿਬਾਨਾਂ ਵੱਲੋਂ ਉਹਨਾਂ ਦਾ ਚੈੱਕਅਪ ਅਤੇ ਟ੍ਰੀਟਮੈਂਟ ਕੀਤਾ ਜਾਂਦਾ ਹੈ। ਕੁੱਲ ਮਿਲਾ ਕੇ ਇਹ ਹੈ ਵੀ ਸਾਰੀਆਂ ਅੱਖਾਂ ਦੀ ਬਿਮਾਰੀਆਂ ਦਾ ਸਾਡੇ ਇੱਕ ਹੋਸਪਿਟਲ ਜਿਹੜਾ ਹੈਗਾ ਡਾਕਟਰ ਰਮੇਸ਼ ਸੁਪਰ ਸਪੈਸ਼ਲ ਹੋਸਪਿਟਲ ਜਿਹੜਾ ਸੁਪਰ ਸਾਡਾ ਟਰਸ਼ੀ ਆਈ ਕੇ ਹੋਸਪਿਟਲ ਹੈਗਾ ਆ, ਸਾਰੀਆਂ ਸਹੂਲਤਾਂ ਨੇ ਜੋ ਕਿ ਸਾਡੇ ਗਵਰਨਮੈਂਟ ਆਫ ਇੰਡੀਆ ਦੀ ਇੱਕ ਐਕਰੀਡੇਸ਼ਨ ਹੈਗੀ ਹੈ NABH ਦਾ ਫੁੱਲੀ ਐਕਰੀਡੇਟਡ ਆਈ ਹੋਸਪਿਟਲ ਹੈਗਾ। ਸਾਡੇ ਹੋਸਪਿਟਲ ਦੇ ਵਿੱਚ ਇੰਟਰਨੈਸ਼ਨਲ ਲੈਵਲ ਦੀਆਂ ਸਾਰੀਆਂ ਸਹੂਲਤਾਂ ਨੇ। ਆਓ ਅਸੀਂ ਆਪਾਂ ਸਹੂਲਤਾਂ ਦਾ ਫਾਇਦਾ ਉਠਾ ਕੇ ਕੁੱਲ ਮਾਤਾ ਦੀ ਖੁਸ਼ੀ ਪ੍ਰਾਪਤ ਕਰੀਏ।